ਚੰਗਾ ਮਹਿਸੂਸ ਕੀਤਾ ਜਿਹੜੀ ਇਹ ਸਾਰੇ ਸਮਾਗਮ ਦਾ ਕਲਾਈਮੈਕਸ ਔਰ ਜਿਹੜਾ ਆਪਣੀ ਗੈਦਰਿੰਗ ਆਈ ਸਾਰੀ ਪੂਰੀ ਗੈਦਰਿੰਗ ਆਈ ਹੈ ਤੇ ਕਰਕੇ ਉਸ ਸਾਰੇ ਆਪਣੇ ਉਹ ਖਵਾ ਕੇ ਬੜੀ ਅੱਛੀ ਗੱਲ ਹੈ, ਬੜਾ ਸ਼ੁਭ ਸ਼ਗਨ ਹੈ ਪੰਜਾਬੀ ਸਾਹਿਤਕ ਹਲਕਿਆਂ ਚ। ਮੈਨੂੰ ਘੱਟੋ ਘੱਟ ਮੈਨੂੰ ਲੱਗਦਾ ਵੀ ਪੰਜਾਬ ਦੇ ਪਹਿਲੀ ਘਟਨਾ ਵੀ ਜਿਹੜਾ ਕਿਸੇ ਦੇਖ ਦਾ ਤੇ ਨਾਮ ਤੇ ਕੋਈ ਪਾਰਕ ਜਾਂ ਕੋਈ ਸੰਸਥਾ ਹੋਵੇ ਬੜਾ ਹੋ ਚੁੱਕਾ ਤੇ ਮੇਰੀ ਤਾਂ ਇੱਛਾ ਹੈ ਵੀ ਇਹ ਪੰਜਾਬ ਸਰਕਾਰ ਦਾ ਬੜਾ ਬੜਾ ਵਧੀਆ ਯਤਨ ਹੈ, ਉਪਰਾਲਾ ਹੈ ਵੀ ਇਹ ਹੋਰਾਂ ਸ਼ਹਿਰਾਂ 'ਚ ਵੀ ਕਸਬਿਆਂ 'ਚ ਵੀ ਇਸ ਕਿਸਮ ਦੇ ਜਿਹੜੇ ਸਾਡੇ ਲੇਖਕ ਨੇ ਕਲਾਕਾਰ ਨੇ ਲੋਕ ਕੀ ਗੱਲ ਕਰਦੇ ਨੇ ਉਹਨਾਂ ਦੇ ਨਾਂ 'ਤੇ ਉਹਦਾ ਨਾਮ ਕਰ ਲਈਏ, ਚਾਹੇ ਸਕੂਲ ਹੋਵੇ ਚਾਹੇ ਦੁਬਾਰ ਹੋਵੇ ਚਾਹੇ ਕੋਈ ਜੋ ਵੀ ਹੈ ਉਹਦੇ ਨਾਂ 'ਤੇ ਹੋਣਾ ਚਾਹੀਦਾ। ਕਿਉਂਕਿ ਇਸ ਕਿਸਮ ਦੀਆਂ ਜਿਹੜੇ ਯਤਨ ਹੁੰਦੇ ਨੇ ਜਿਹੜੇ ਸਾਡੇ ਲੇਖਕ ਨੇ ਜਿਹੜੇ ਕਲਾਕਾਰ ਨੇ ਉਹ ਜੋ ਲੋਕਾਂ ਲਈ ਕੁਛ ਕਰ ਰਹੇ ਨੇ, ਸਮਾਜ ਲਈ ਕਰ ਰਹੇ ਨੇ, ਲੋਕਾਂ ਦੇ ਚੇਤਿਆਂ 'ਚ ਪਹਿਲੀ ਗੱਲ ਤਾਂ ਸਾਹਿਤ ਦੇ ਰਾਹੀਂ ਆਪਣੇ ਵਸੇ ਰਹਿੰਦੇ ਨੇ, ਪਰ ਇਹ ਵੀ ਇੱਕ ਅਹਿਮ ਗੱਲ ਹੈ ਲੋਕਾਂ ਦੇ ਚੇਤੇ ਆਉਂਦਾ ਕਿ ਜੇ ਹੁਣ ਪਾਰਕ ਬਣਿਆ ਸਿਲਵੀ ਪਾਰਕ ਹੈ, ਸੰਤੋਖ ਸਿੰਘ ਧੀਰ ਸਿਲਵੀ ਪਾਰਕ ਹੋਵੇ, ਚਾਹੇ ਜਿਹੜਾ ਨਹੀਂ ਵੀ ਜਾਣਾ ਪੁੱਛੂਗਾ ਵੀ ਸੰਤੋਖ ਸਿੰਘ ਜੀ ਕੌਣ ਹੈ। ਇੱਕ ਜਗਿਆਸਾ ਪੈਦਾ ਹੁੰਦੀ ਹੈ ਕਿ ਬੜੀ ਮੈਂ ਆਪਣੇ ਪੰਜਾਬ ਸਰਕਾਰ ਦੀ ਨਗਰ ਨਿਗਮ ਦੀ ਬਹੁਤ ਸ਼ਲਾਘਾ ਵੀ ਕਰਦਾ, ਧੰਨਵਾਦ ਵੀ ਕਰਦਾ, ਥੈਂਕ ਯੂ। ਅੱਜ ਮੈਂ ਸਿਲਵੀ ਪਾਰਕ ਦਾ ਨਾਮ ਮੇਰੇ ਬਾਪਾ ਜੀ ਸੰਤੋਖ ਸਿੰਘ ਜੀ ਦੇ ਨਾਂ 'ਤੇ ਰੱਖਿਆ ਗਿਆ। ਅੱਜ ਤਾਂ ਮੈਨੂੰ ਇਹ ਮਹਿਸੂਸ ਹੁੰਦਾ, ਬਾਕੀ ਤਾਂ ਸਭ ਕੁਛ ਹਰ ਕੋਈ ਜਾਣਦਾ ਉਹਨਾਂ ਬਾਰੇ, ਪਰ ਮੈਨੂੰ ਤਾਂ ਇਹ ਮਹਿਸੂਸ ਹੋ ਰਿਹਾ ਕਿ ਇੱਕ ਏਕਾ ਘਰ ਇਹ ਸਾਡਾ ਇੱਕ ਹੋਰ ਬਣ ਗਿਆ ਅਤੇ ਅਸੀਂ ਇੱਥੇ ਵਾਰ ਵਾਰ ਆਇਆ ਕਰਾਂਗੇ। ਇਸ ਏਕਾ ਘਰ ਨੂੰ ਸੰਭਾਲਣ ਲਈ, ਇਹਨੂੰ ਸਵਾਰਨ ਲਈ, ਇਹਨੂੰ ਸਜਾਉਣ ਲਈ ਵੱਧ ਤੋਂ ਵੱਧ ਅਸੀਂ ਧੀਆਂ ਉਹਨਾਂ ਦੀਆਂ ਕਰਿਆ ਕਰਾਂਗੇ, ਉਹਨਾਂ ਦੀ ਮਦਦ ਕਰਿਆ ਕਰਾਂਗੇ, ਹਿੱਸਾ ਪਾਇਆ ਕਰਾਂਗੇ। ਅਸੀਂ ਪਹਿਲਾਂ ਰੇਹੜੀ ਪਿੰਡ ਰਹਿੰਦੇ ਸੀ, ਉਸ ਤੋਂ ਬਾਅਦ ਅਸੀਂ ਮੋਹਾਲੀ ਆਏ, ਪਰ ਬਾਬਾ ਜੀ ਦੀ ਆਰਥਿਕ ਹਾਲਤ ਸਦਾ ਹੀ ਤੰਗ ਰਹੀ ਹੈ। ਉਹ ਸਾਨੂੰ ਕਹਿ ਦਿੰਦੇ ਸੀ ਕਿ ਨਾ ਮੈਂ ਚੰਗਾ ਪਿਤਾ ਬਣ ਸਕਿਆ ਅਤੇ ਨਾ ਹੀ ਮੈਂ ਚੰਗਾ ਪਤੀ ਬਣ ਸਕਿਆ, ਪਰ ਇਹ ਗੱਲ ਨਹੀਂ ਹੈਗੀ। ਅੱਜ ਉਹਨਾਂ ਦੀ ਜੇ ਤੁਸੀਂ ਉਹਨਾਂ ਦਾ ਮਾਨ ਸਤਿਕਾਰ ਦੇਖੋ, ਉਹ ਚੰਗੇ ਪਿਤਾ ਵੀ ਸੀਗੇ ਅਤੇ ਚੰਗਾ ਮਤਲਬ ਪਤਨੀ ਪਿਤਾ ਵੀ ਸੀਗੇ ਅਤੇ ਚੰਗਾ ਪਤਾ ਹੀ ਨਹੀਂ ਸੀ।